ਡਾਕਟਰਾਂ ਦੀ ਹੜਤਾਲ ਦਾ ਅਸਰ ਹਰ ਪਾਸੇ ਵੇਖਣ ਨੂੰ ਮਿਲ ਰਿਹਾ ਹੈ। ਦੱਸਦੇ ਕਿ ਪੱਛਮੀ ਬੰਗਾਲ 'ਚ ਲੋਕ ਸਭਾ ਚੋਣਾਂ ਤੋਂ ਹੋਈ ਸਿਆਸੀ ਲੜਾਈ ਉਸ ਵੇਲੇ ਸ਼ੁਰੂ ਹੋਈ ਸੀ ਅਤੇ ਹੁਣ ਇਹ ਸਿਸਟਮ ਦੀ ਲੜਾਈ ਬਣਦੀ ਜਾ ਰਹੀ ਹੈ। ਇੱਥੇ ਇੱਕ ਯੂਨੀਅਨ ਡਾਕਟਰ ਨਾਲ ਹੋਈ ਕੁੱਟਮਾਰ ਦੀ ਘਟਨਾ ਕਾਰਨ ਮੈਡੀਕਲ ਐਸੋਸੀਏਸ਼ਨ ਦਾ ਗੁੱਸਾ ਫੁੱਟ ਪਿਆ, ਜਿਸ ਕਾਰਨ ਉਹ ਹੜਤਾਲ 'ਤੇ ਨੇ। ਬੰਗਾਲ 'ਚ ਡਾਕਟਰਾਂ ਦੀ ਹੜਤਾਲ ਦਾ ਅਸਰ ਹੁਣ ਪੂਰੇ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ। ਦੱਸ ਦਈਏ ਕਿ ਰਾਜਧਾਨੀ ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ ਸਮੇਤ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਡਾਕਟਰਾਂ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਦਿੱਲੀ ਮੈਡੀਕਲ ਐਸੋਸੀਏਸ਼ਨ ਨੇ ਹੜਤਾਲ ਬੁਲਾਈ ਹੈ, ਜਿਸ ਦਾ ਅਸਰ ਏਮਜ਼ ਵਰਗੇ ਹਸਪਤਾਲਾਂ 'ਚ ਵੀ ਵੇਖਣ ਨੂੰ ਮਿਲ ਰਿਹਾ। ਇਸ ਤੋਂ ਇਲਾਵਾ ਜੇਕਰ ਮੁੰਬਈ ਦੀ ਗੱਲ ਕੀਤੀ ਜਾਵੇ ਤਾਂ ਡਾਕਟਰਾਂ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਡਾਕਟਰਾਂ ਦੀ ਹੜਤਾਲ ਦੇ ਕਾਰਨ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਜੇ ਗੱਲ ਪੰਜਾਬ ਦੀ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਵੀ ਡਾਕਟਰਾਂ ਦੇ ਵੱਲੋਂ ਬੰਗਾਲ 'ਚ ਡਾਕਟਰਾਂ ਦਾ ਪੂਰਾ ਸਮਰਥਨ ਕੀਤਾ ਜਾ ਰਿਹਾ ਅਤੇ ਉਹਨਾਂ ਦੇ ਵੱਲੋਂ ਵੀ 2 ਘੰਟੇ ਦੀ ਹੜਤਾਲ ਕੀਤੀ ਗਈ ਹੈ। ਦੱਸ ਦਈਏ ਕਿ ਸੰਗਰੂਰ ਦੇ ਵਿੱਚ ਵੀ ਡਾਕਟਰਾਂ ਦੇ ਵੱਲੋਂ 2 ਘੰਟੇ ਦਾ ਪ੍ਰੋਟੈਸਟ ਕੀਤਾ ਗਿਆ ਅਤੇ ਆਪਣਾ ਰੋਸ ਜ਼ਾਹਿਰ ਕੀਤਾ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਡਾਕਟਰ ਨਾਲ ਕੁੱਟਮਾਰ ਕਰਨਾ ਬੇਹੱਦ ਗਲਤ ਹੈ, ਕਿਉਂਕਿ ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਜੇਕਰ ਕਿਸੇ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਉਸਦਾ ਜ਼ਿੰਮੇਵਾਰ ਡਾਕਟਰ ਨਹੀਂ ਹੋ ਸਕਦਾ, ਕਿਉਂਕਿ ਡਾਕਟਰ ਦੇ ਵੱਲੋਂ ਆਪਣੀ ਹਰ ਇੱਕ ਕੋਸ਼ਿਸ਼ ਕੀਤੀ ਜਾਂਦੀ ਹੈ ਆਪਣੇ ਮਰੀਜ਼ ਨੂੰ ਬਚਾਉਣ ਦੇ ਲਈ। ਪਰ ਜੇਕਰ ਕਦੇ ਅਜਿਹਾ ਹੋ ਵੀ ਜਾਂਦਾ ਹੈ ਤਾਂ ਉਸ ਲਈ ਡਾਕਟਰ ਜ਼ਿੰਮੇਵਾਰ ਨਹੀਂ ਹੋ ਸਕਦਾ। ਪਰ ਜੋ ਬੰਗਾਲ ਦੇ ਵਿੱਚ ਘਟਨਾ ਵਾਪਰੀ ਹੈ ਉਸਦੀ ਡਾਕਟਰਾਂ ਵੱਲੋਂ ਸਖ਼ਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ। ਅਸੀਂ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਉਹ ਇਸ ਲਈ ਕਰ ਰਹੇ ਹਾਂ ਵੀ ਜਿਹੜੇ ਡਾਕਟਰਸ ਦੇ ਅਗੇਂਸਟ ਵਾਇਲੈਂਸ ਦਿਨ ਬ ਦਿਨ ਵੱਧ ਰਹੀ ਹੈ ਉਹਨੂੰ ਰੋਕਿਆ ਜਾਣਾ ਚਾਹੀਦਾ, ਕਿਉਂਕਿ ਇਹ ਇੱਕ ਬੇਬੁਨਿਆਦ ਵਾਇਲੈਂਸ ਹੈ। ਡਾਕਟਰ ਆਪਣਾ ਪੂਰਾ ਜ਼ੋਰ ਲਾਉਂਦੇ ਆ ਮਰੀਜ਼ ਦਾ ਇਲਾਜ ਕਰਨ ਲਈ, ਜੇ ਕਿਸੇ ਕਾਰਨ ਵਜੋਂ ਮਰੀਜ਼ ਦੀ ਮੌਤ ਹੋ ਜਾਂਦੀ ਹੈ ਜਾਂ ਕੋਈ ਕੰਪਲੀਕੇਸ਼ਨ ਹੋ ਜਾਂਦੀ ਹੈ, ਉਹਦੇ ਵਿੱਚ ਪੂਰਾ ਕਸੂਰ ਡਾਕਟਰ ਦਾ ਕੱਢਣਾ ਅਤੇ ਉਸ ਤੋਂ ਬਾਅਦ ਡਾਕਟਰ ਨੂੰ, ਡਾਕਟਰ ਦੇ ਸੈਟਅਪ ਨੂੰ, ਉਹਦੇ ਹੋਸਪਿਟਲ ਨੂੰ, ਉਹਦੇ ਇੰਪਲੋਈਜ਼ ਨੂੰ ਧਮਕਾਉਣਾ, ਮਾਰ ਕੁੱਟ ਕਰਨੀ, ਇਹ ਬਹੁਤ ਹੀ ਗਲਤ ਹੈ। ਡਾਕਟਰ ਆਪਣਾ ਪੂਰਾ ਜ਼ੋਰ ਲਾਉਂਦੇ ਆ ਮਰੀਜ਼ ਨੂੰ ਠੀਕ ਕਰਨ ਲਈ, ਪਰ ਕਿਸੇ ਕਾਰਨ ਕਰਕੇ ਕੁਛ ਹੁੰਦੇ ਉਨੀ ਕੀ, ਉਹਦਾ ਸਾਰਾ ਕਸੂਰ ਡਾਕਟਰ ਦਾ ਕੱਢਣਾ ਬਹੁਤ ਗਲਤ ਹੈ। ਡਿਮਾਂਡ ਸਾਡੀ ਇਹ ਹੈ ਵੀ ਰੂਲ ਹੈਗੇ ਬਣੇ ਹੋਏ, ਐਕਟ ਹੈਗੇ ਬਣੇ ਹੋਏ, ਜਿਹਦੇ ਬਾਰੇ ਪਤਾ ਨਹੀਂ ਤਾਂ ਹੁਣ ਪੁਲਿਸ ਵਾਲਿਆਂ ਨੂੰ ਨਹੀਂ ਪਤਾ, ਪਤਾ ਨਹੀਂ ਪ੍ਰਸ਼ਾਸਨ ਨੂੰ ਨਹੀਂ ਪਤਾ, ਜਾਂ ਉਹ ਇਹ ਚੀਜ਼ ਨੂੰ ਹਾਈਲਾਈਟ ਨਹੀਂ ਕਰਨਾ ਚਾਹੁੰਦੇ। ਅਸੀਂ ਸਿਰਫ ਇਹ ਚਾਹੁੰਦੇ ਹਾਂ ਵੀ ਜੇ ਕੋਈ ਐਸੀ ਗੱਲਬਾਤ ਹੁੰਦੀ ਹੈ ਤਾਂ ਡਾਕਟਰਸ ਦੀ ਪ੍ਰੋਟੈਕਸ਼ਨ, ਦੀ ਸਿਕਿਉਰਿਟੀ। ਦੇਖੋ ਇੱਕ ਰੂਲ ਹੈ ਵੀ ਡਾਕਟਰ ਔਨ ਡਿਊਟੀ ਫੋਰ ਦੈਟ ਮੈਟਰ ਐਨੀ ਆਫਿਸਰ ਔਨ ਡਿਊਟੀ ਨੂੰ ਤੁਸੀਂ ਮੈਨ ਹੈਂਡਲ ਨਹੀਂ ਕਰ ਸਕਦੇ। ਕੋਈ ਵੀ ਇੱਕ ਆਫਿਸਰ ਆਪਣੀ ਡਿਊਟੀ 'ਤੇ ਬੈਠਾ ਹੈ ਤੁਸੀਂ ਇਹਦਾ ਕਾਲਰ ਤੱਕ ਨਹੀਂ ਫੜ ਸਕਦੇ, ਉਹਨੂੰ ਤੁਸੀਂ ਤੂੰ ਤਣਾ ਕਰਕੇ ਜਾਂ ਅਬਿਊਸਿਵ ਲੈਂਗੁਏਜ ਨਹੀਂ ਯੂਜ਼ ਕਰ ਸਕਦੇ। ਉਰੇ ਡਾਕਟਰਸ ਦੇ ਆ ਕੇ ਥੱਪੜ ਮੁੱਕਿਆਂ ਤੋਂ ਲੈ ਕੇ ਡੰਡਿਆਂ ਤੱਕ ਵੀ ਹਮਲੇ ਹੁੰਦੇ ਹਨ, ਅਤੇ ਉਹਦੇ ਲਈ ਕੀ ਕਰ ਰਹੀ ਹੈ ਸਿਕਿਉਰਿਟੀ, ਕੀ ਕਰ ਰਹੀ ਹੈ ਸਾਡਾ ਪ੍ਰਸ਼ਾਸਨ, ਕੀ ਕਰ ਰਹੀ ਹੈ ਸਾਡੀ ਪੁਲਿਸ। ਪਤਾ ਵੀ ਹੁੰਦਾ ਸੀ ਸੀ ਟੀ ਵੀ ਕੈਮਰਾਸ ਦੇ ਉੱਤੇ ਪਿੱਕ ਹੁੰਦੇ ਆ ਫੇਸਿਸ ਵੀ ਆਹ ਕਲਪ੍ਰਿਟ ਸੀਗੇ ਜਿਹੜੇ ਆ ਕੇ ਤੋੜ ਭੰਨ ਕਰਕੇ ਗਏ ਹੈ, ਉਹਨਾਂ ਨੇ ਕਿਉਂ ਨਹੀਂ ਅਰੈਸਟ ਕੀਤਾ ਜਾਂਦਾ, ਉਹਨਾਂ ਦੇ ਅਗੇਂਸਟ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ, ਇਸ ਤਰ੍ਹਾਂ ਦੇ ਰੂਲਸ ਕਿਉਂ ਨਹੀਂ ਬਣਾਏ ਜਾਂਦੇ ਵੀ ਕਿਸੇ ਵੀ ਆਫਿਸਰ, ਮੈਂ ਡਾਕਟਰ ਨਹੀਂ ਕਹਿੰਦਾ, ਕਿਸੇ ਵੀ ਪਬਲਿਕ ਸਰਵੈਂਟ ਜਾਂ ਕਿਸੇ ਵੀ ਆਫਿਸਰ ਜਾਂ ਕਿਸੇ ਵੀ ਇਨਸਾਨ ਨੂੰ ਆਪਣੀ ਡਿਊਟੀ ਦੇ ਉੱਤੇ ਬੈਠੇ ਨੂੰ ਕੋਈ ਵੀ ਬੰਦਾ ਕੁਝ ਕਹਿਣ ਤੋਂ ਪਹਿਲਾਂ, ਧਮਕਾਉਣ ਤੋਂ ਪਹਿਲਾਂ, ਹੱਥ ਪਾਉਣ ਤੋਂ ਪਹਿਲਾਂ ਸੋਚੇ ਕਿ ਰੂਲਸ ਇੰਨੇ ਸਟਰੋਂਗ ਹੈ ਵੀ ਮੈਂ ਬਚ ਨਹੀਂ ਸਕਦਾ ਜੇ ਇਹੋ ਜਿਹਾ ਕੰਮ ਕਰਾਂ। ਉੱਧਰ ਦੂਸਰੇ ਪਾਸੇ ਪਟਿਆਲਾ ਦੇ ਰਜਿੰਦਰ ਹਸਪਤਾਲ ਦੇ ਵਿੱਚ ਵੀ ਡਾਕਟਰਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ ਅਤੇ ਡਾਕਟਰਾਂ ਦੇ ਖਿਲਾਫ ਜੋ ਵਾਇਲੈਂਸ ਵੱਧ ਰਹੀ ਹੈ ਉਸ ਦੇ ਖਿਲਾਫ ਇਹ ਰੋਸ ਮਾਰਚ ਕੱਢਿਆ ਗਿਆ ਅਤੇ 2 ਘੰਟੇ ਦਾ ਧਰਨਾ ਵੀ ਦਿੱਤਾ ਗਿਆ। ਡਾਕਟਰਾਂ ਦਾ ਕਹਿਣਾ ਕਿ ਹਰ ਦਿਨ ਡਾਕਟਰਾਂ 'ਤੇ ਹਮਲੇ ਹੋ ਰਹੇ ਨੇ, ਜਿਸ ਦੇ ਕਾਰਨ ਡਾਕਟਰ ਆਪਣੀ ਸੇਫਟੀ ਦੇ ਮੱਦੇਨਜ਼ਰ ਇਹ ਰੋਸ ਮਾਰਚ ਕੱਢ ਰਹੇ ਨੇ।